ਮਾਂ ਵੀ ਅੱਜ ਜੋ ਮਰਜ਼ੀ ਹੋ ਜਾਵੇ ਅੱਜ ਜਾਣਾ ਹੀ ਜਾਣਾ। ਆਹ ਕੱਢ ਲਾ, ਆਹ ਪਿੰਨ ਕੱਢ ਲਾ। ਇਹ ਆ ਦਲਦਲ, ਤੁਹਾਨੂੰ ਦੱਸਿਆ ਤਾਂ ਵੀ ਇੱਥੇ ਰੋਡ ਬਣ ਰਿਹਾ ਨਵਾਂ, ਪੁਲੀ ਛੋਟੀ ਜਿਹੀ ਬਣੀ ਵੀ ਹੁਣ ਉਹ ਲਿਆਉਣੇ ਆ ਟਰਾਲੀ ਉੱਪਰ ਨੂੰ ਟਪਾ ਕੇ। ਉਰੇ ਦਲਦਲ ਆ ਬਹੁਤ। ਟਰਾਲੀ ਝੂਲਦੀ ਆਉਂਦੀ ਆ 18 ਫੁੱਟ ਟਰਾਲੀ। ਫਿਰ CRDA ਦੀ 92 ਲੇਸ ਆ ਨਾ ਵੀ, ਉਹ ਤੋਂ ਉੱਪਰ ਨਹੀਂ ਜਾਂਦਾ ਇਹ, ਉਹਦੀ ਥੋੜ੍ਹੀ ਲੇਸ ਖੋਲ ਸਕਦੇ ਆਪਾਂ, ਇਹ ਫਰਕ ਹੈ। ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਲਓ ਜੀ ਕਣਕਾਂ ਨੂੰ ਪਾਣੀ ਆ ਜਿਹੜਾ ਸ਼ੁਰੂ ਕਰਤਾ, ਅਤੇ ਸਪਰੇ ਦਾ ਨਿਬੇੜਤਾ ਜੀ ਕੰਮ। ਕੱਲ੍ਹ ਤੁਸੀਂ ਬਲੌਗ ਜਿਹੜਾ ਲਾਸਟ ਬਲੌਗ ਦੇਖਿਆ ਸੀ ਉਹ 'ਚ ਸਪਰੇ ਦਾ ਕੰਮ ਆਪਾਂ ਨਿਬੜਾਉਂਦਾ ਸਾਰਾ ਆਪਾਂ ਨੇ ਦਿਖਾਇਆ ਸੀ। ਤੇਲੇ ਅਤੇ ਕੁੰਗੀ ਦੀ ਆਪਾਂ ਨੇ ਸਪਰੇ ਵੀ ਕਰਤੀ, ਤਕਰੀਬਨ ਜਿੱਥੇ ਛੋਰੇ ਛੋਰੇ ਵਾਲੀ ਜਗ੍ਹਾ ਨਾ ਉੱਥੇ ਬਹੁਤਾ ਹੋ ਗਿਆ ਤਾ। ਚੰਗੀ ਤਰ੍ਹਾਂ ਨਾ ਆਪਾਂ ਨੇ ਕਣਕਾਂ ਕੁਣਕਾਂ ਨਲਾ ਤੀਆਂ, ਸਪਰੇ ਵਧੀਆ ਕਰਤੀ ਆਪਾਂ ਨੇ ਇੱਕ ਹੁਣ ਟੌਪ ਦੀ ਹੈ ਨਾ। ਅਤੇ ਬਾਕੀ ਐਂ ਵੀ ਧੜਕੂ ਜੀ ਨਹੀਂ ਰਹਿੰਦੀ ਹੈ ਵੀ ਯਾਰ, ਜੇ ਕਰ ਦਿੰਦੇ ਖੈਰ ਤਾਂ ਜ਼ਿਆਦਾ ਵਧੀਆ ਰਹਿਣਾ ਤਾਂ ਹੈ ਨਾ। ਅਤੇ ਨਾਨਕੇ ਪਿੰਡ ਆਇਆ ਵੈ, ਅਤੇ ਪਿੱਛੇ ਉਹ ਦੇਖੋ ਟਰਾਲੀ ਗੰਨੇ ਦੀ ਲੋਡ ਹੋ ਰਹੀ ਹੈ, ਅਤੇ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਉਂਦੇ ਹਾਂ ਅੱਜ। ਦੋ ਟਰੈਕਟਰਾਂ ਦੇ ਜਲਵੇ, ਦੋ ਕਿਆ ਤਿੰਨ ਟਰੈਕਟਰਾਂ ਦੇ ਜਲਵੇ ਦਿਖਾਉਣੇ ਅੱਜ। ਹੌਲੈਂਡ ਹੌਲੈਂਡ ਹੋਈ ਜਾਣੇ ਅੱਜ, ਸਵਰਾਜ ਵੀ ਹੋਊਗਾ, ਟਮਾਟਰ ਵੀ, ਅਤੇ ਇੱਥੇ ਘਲਾੜੀ 'ਤੇ ਆਏ ਵੇ, ਅਤੇ ਦੋ ਦਿਨਾਂ ਨੂੰ ਆਪਾਂ ਨੇ ਵੀ ਗੰਨਾ ਕੱਢਣਾ ਸ਼ੁਰੂ ਕਰਨਾ ਦੁਬਾਰਾ ਤੋਂ। ਅਤੇ ਬਾਕੀ ਵਲੌਗ ਕਰਦੇ ਸ਼ੁਰੂ, ਤੁਸੀਂ ਵਲੌਗ ਇੰਜੋਏ ਕਰੋ, ਅਤੇ ਜਿਹੜੇ ਸੱਜਣ ਵੀਰ ਨਵੇਂ ਆਏ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ। ਅਤੇ ਅੱਜ ਕਰਦੇ ਹਾਂ ਵਲੌਗ ਸਟਾਰਟ। ਲੈਫਟ ਖਿੱਚ ਲਿਆਉਂਦੀ ਆ ਸਾਨੂੰ, ਮਾਂ ਲੈਫਟ ਖਿੱਚ ਲਿਆਉਂਦੀ ਆ ਤੁਹਾਡੀ ਘਲਾੜੀ ਦੀ, ਜਿਹੜੇ ਚੱਲ ਰਿਹਾ ਬੰਬੂ ਇਹ, ਮਾਂ ਲੈਫਟ ਖਿੱਚ ਲਿਆਉਂਦੀ ਸਾਨੂੰ। ਸਹੀ ਗੱਲ, ਅੱਜ ਤਾਂ ਤੁਸੀਂ ਉਹਨੇ ਚੁੰਨੀ ਵਾਲਾ ਮਾਂਗਾ ਪਿੰਨੇ ਜੇ ਵੱਟਣ ਲੱਗ ਗਏ ਹੈ। ਖਾਤੇ ਉਹ ਵਾਧੂ ਹੁੰਦੀ ਆ, ਦੱਸ ਰਿਹਾ ਕਰੋ, ਬੰਦੇ ਬਹੁਤ ਆ ਲੈਣੇ ਵਾਲੇ। ਬਸ ਸੱਕਰ ਵੱਧਦੀ ਹੁੰਦੀ ਆ, ਦੱਸ ਦਿਆ ਕਰੋ, ਬੰਦੇ ਬਹੁਤ ਆ ਲੈਣੇ ਵਾਲੇ। ਸੱਕਰ ਹਾਂ, ਮੇਰਾ ਸ਼ੂਗਰ ਮਿਲ, ਮੇਰਾ ਸ਼ੂਗਰ ਮਿਲ, ਕਲਿੰਦਰ ਆਪਣੀ ਸ਼ੁਰੂ ਕਰਤੀ ਹੁਣ ਆਪਣੇ ਦੀ ਕਹਿੰਦਾ। ਅੱਛਾ ਉੱਧਰ ਠੀਕ ਹੈ, ਹੋਰ ਆਵੇ ਠੀਕ ਠਾਕ। ਬਸ ਆ ਵਧੀਆ, ਆਉਣੇ ਵਾਲੇ ਆ, ਪਰਸ਼ਾਦਾ ਛੱਕ ਲਿਆ ਤਾ ਉਹਨਾਂ ਨੇ। ਕੱਲ ਨੂੰ ਲੱਗਾਂਗੇ ਘੱਟਣਾ ਅਸੀਂ ਵੀ, ਕੱਲ ਦੀ ਹਲੇ ਕੋਟਾ ਹੈਗਾ ਪੂਰਾ, ਕੱਲ ਨੂੰ ਘੜਾਂਗੇ ਗੰਨਾ ਅਸੀਂ ਵੀ ਹਰਿੰਦਰ, ਤੇ ਪਰਸੋਂ ਤੇਰੇ ਕੋਲੇ ਪਹੁੰਚ ਜਾਣਾ, ਪਰਸੋਂ ਨੂੰ ਨੀ ਚੌਥੇ ਨੂੰ ਆ ਜਾਂਗੇ। ਜਣੀ ਐ ਵੀ ਟਰਾਲੀ ਚ ਪਿਆ ਰਹੂਗਾ ਸਾਡਾ ਕੰਮ ਰੁੜਦਾ ਹੋ ਜੂਗਾ, ਟਰਾਲੀ ਅੰਦਰ ਲਾ ਦਾਂਗੇ ਨਾ। ਇਹ ਤਾਂ ਕੁਛ ਨੀ ਹੁੰਦਾ ਜੇ ਵੱਡਿਆ, ਆਪਾਂ 2 ਦਿਨ 10 ਦਿਨ ਪਿਆ ਰਹੇ ਆ, ਨਹੀਂ ਕੁਝ ਹੁੰਦਾ ਆਪਣੇ, ਅਸੀਂ ਆ ਬਈਆਂ ਨੇ ਜਦ ਲਾਸਟ ਤੇ ਜਾਣਾ ਵਧਾ ਕੇ ਰੱਖਣਾ ਸਾਰਾ। 2 ਦਿਨ 3 ਦਿਨ ਇੰਨੇ ਚ ਕੁਛ ਨਹੀਂ ਫਰਕ ਯਾਰ, ਆਪਣਾ 20 ਦਿਨ 15 ਦਿਨ ਰਹਿਣਾ ਇਹਨੇ। ਠੀਕ ਹੈ ਠੀਕ ਹੈ ਠੀਕ ਹੈ, ਇਹ ਜਵਾਨ ਬਿੰਦੇ ਚਾਚੇ ਦਾ, ਅੱਛਾ ਬਿੰਦੇ ਚਾਚੇ ਦਾ ਮੁੰਡਾ, ਠੀਕ ਹੈ। ਲਾ ਪੱਪੀ ਭਰੀ ਵੀ ਆ ਮੇਰੀ, ਆ ਕਿੱਕਣ ਦੇ ਹਟਾ, ਕਿੱਕਣ ਤੇ ਕਿਵੇਂ ਉਹ ਕਿਉਂ ਚੋਂ ਕਰਦੀ ਆ। ਮਾਰੂ ਨਾ ਬੀਜਦਾ ਉਹ ਕੰਮ, ਇਹ ਨਾ ਤਾਂ ਬੀਜਦਾ ਇਹ ਮੁੱਕੇ।
ਇਹ ਹਰਿੰਦਰ ਐ ਥੋੜਾ ਜਿਹਾ ਜਿਵੇਂ ਉਹਦੇ ਪਰ ਰੰਗ ਜਿਹਾ ਜ਼ਿਆਦਾ ਜ਼ਿਆਦਾ ਪਕਾਵੇਂ ਕਰਕੇ ਹੋ ਜਾਂਦਾ, ਕੀ ਚੱਕਰ ਪੈ ਜਾਂਦਾ? ਅੱਛਾ, ਗੰਨੇ ਦਾ ਵੀ ਫਰਕ। ਤੇ ਗੰਨਾ ਵੀ ਹੋ ਰਿਹਾ ਲੋਡ ਅੱਜ ਹਰਿੰਦਰ, ਸਪਰੇਅ ਸਪਰੂ ਦਾ ਨਵੇੜਤਾ ਫਿਰ? ਪਾਣੀ ਪਾਣੀ ਫਾਈਨਲ ਹੈ, ਸਾਰੇ ਬੰਦ ਕਰੇ, ਪਾਣੀ ਫਾਈਨਲ ਹੈ। ਤੇਲੇ ਤੇ ਕੁੰਗੀ ਦੀ ਕਰਤੀ ਹੋਣੀ ਹੈ ਨਾ? ਅੱਛਾ, ਸੋ ਸਪਰੇਅ ਕਰੀ 15 ਦਿਨ ਹੋ ਗਏ। ਅੱਛਾ, 15 ਦਿਨ ਹੋ ਗਏ। ਹੁਣ ਸਲਾਣਾ ਮਿਲ ਸਲਾਣਾ ਇਹ ਕਿੰਨਾ ਗੰਨਾ ਤੁਸੀਂ ਰੱਖ ਲਿਆ ਲੈ ਕਲਾੜੀ ਵਾਸਤੇ? ਕੀਲਾ ਪਿਆ ਆਪਣੇ ਕੋਲੇ ਜੀ, ਸਾਰਾ ਕਲਾੜੀ ਚ ਕੱਢਣਾ ਇਹ ਕੱਢਣਾ ਆਪਾਂ ਨੇ। ਇਹ ਫਿਰ ਕੀਲਾ ਤੁਸੀਂ ਕਿੰਨੇ ਕਿ ਦਿਨ ਸੀਜ਼ਨ ਦੇ ਪਹਿਲਾਂ ਪਹਿਲਾਂ ਨਿਕਲ ਜੂ? ਇਹ ਤਾਂ ਹਾਂ ਬਸ ਹੁਣ ਆਪਣਾ ਗੰਨਾ ਜਾਂ ਕੱਢਣ ਲੱਗ ਗਏ ਸਾਰਾ। 10-15 ਦਿਨ ਚ ਕੱਢ ਦੇਣਾ। 15 ਦਿਨ ਚ ਨਿਕਲ ਜੂਗਾ? ਅੱਛਾ ਅੱਛਾ। ਫਿਰ ਉਹ ਗੁੜ ਦੀ ਡਿਮਾਂਡ ਯਾਰ, ਰਿਸ਼ਤੇਦਾਰ ਕੇ ਯਾਰ ਮਿੱਤਰ ਬਹੁਤ ਦੇਣਾ ਹਲੇ, ਫਿਰ ਪੂਰਾ ਨਹੀਂ ਹੋਣਾ। ਟਰੈਕਟਰ ਤੁਸੀਂ ਫੇਰ ਆਹੀ ਜੋੜ ਲਿਆ ਯਾਰ? ਬਸ ਇਹ ਪਾ ਲਿਆ, ਉਹ ਤੋਂ ਬਾਅਦ ਰਸਤੇ ਉੱਥੇ ਚੇਂਜ ਕਰੂੰਗਾ। ਅੱਛਾ, ਉੱਥੋਂ ਚੇਂਜ ਕਰ ਲੈਣੀ ਆ। ਲਓ ਜੀ, ਅੱਜ ਆਹ ਹਰਿੰਦਰ ਬੀਜ ਕਿਹੜਾ ਇਹ? ਇਹ 238 238 ਹੈ ਜਿਹੜਾ 85-85 ਹੈ ਉਹ ਉਹਦਾ ਝਾੜ ਘੱਟ ਰਹਿੰਦਾ ਫਿਰ ਇਹ ਮਿਲ ਮਿਲ ਮੁੱਲ ਚ ਲਿਆਉਣ ਨੂੰ? ਨਹੀਂ ਉਹਦਾ ਵੀ ਵਧੀਆ, 38 ਦਾ ਵਧੀਆ ਝਾੜ, ਵਧੀਆ ਵੀ। ਅੱਛਾ, ਇਹ ਲੇਟ ਵੈਰਾਈਟੀ ਹੈ, 85 ਅਗੇਤਾ ਆ ਜਾਂਦਾ, 85 ਥੋੜਾ ਅਗੇਤਾ ਆ ਜਾਂਦਾ ਹੈ ਨਾ, ਇਹ ਥੋੜਾ ਜਿਹਾ ਲੇਟ ਲੱਗ ਰਿਹਾ। ਹੂੰ, ਇਹ ਚ ਕਿੰਨਾ ਮਾਲ ਪਾਉਣਾ ਹੋਰ ਹਲੇ? ਇਹ ਚ ਲੱਗੇ ਹੋਣੇ ਪੰਪ ਭਰੇ। ਪਹਿਲਾਂ ਮਿਹਨਤ ਬਹੁਤ ਆ ਹੈ ਨਾ? ਹਾਂਜੀ। ਹੈਲੋ, ਨਹੀਂ ਜੀ ਹਲੇ। ਹਾਂ, ਸਟੈਪ ਬਣਾਏ ਹੋਏ ਆ। ਅੱਛਾ, ਉਹ ਪੌੜੀ ਨੂੰ ਉਤਰੇ ਆਉਣਾ, ਇੱਥੇ ਨੂੰ ਲੰਘ ਜਾਣਾ ਏ। ਲੰਬੜਦਾਰ ਕੈਸੇ ਹੋ, ਠੀਕ ਹੈ? ਕੁਇੰਟਲ ਦਾ ਹਿਸਾਬ ਹੁੰਦਾ ਤੁਹਾਡਾ? ਅੱਛਾ, ਕੁਇੰਟਲ ਕਾ ਬਾਈ। ਟਰੈਕਟਰ ਟਰਾਲੀ ਕਾ ਵੇਟ ਹੋ ਜਾਣਾ ਹੈ ਨਾ, ਉਸਕੇ ਬਾਅਦ ਫਿਰ ਪਰਚੀ ਦਿਖਾ ਕੇ ਤੇਰਾ ਹਿਸਾਬ ਕਿਤਾਬ ਹੋ ਜਾਣਾ ਹੈ ਨਾ। ਬੜਾ ਤਕੜਾ ਗੰਡਾਸਾ ਫਿਰਦਾ ਇਹ ਵੀ। ਮੈਂ ਉੱਪਰੇ ਜਾਵਾਂ, ਵਧਾ ਵੀ ਗਿਆ ਯਾਰ। ਕਿੰਨੇ ਬੰਦੇ ਆ ਫਿਰ ਤੁਸੀਂ? 11 ਬੰਦਾ ਹੈ। 11 ਇਹ ਟੋਟੇ ਫੋਟੇ ਨੇ ਜਿਹੜੇ ਉੱਥੇ ਮਿਲ ਚ ਤੰਗ ਨਹੀਂ ਕਰਦੇ ਇਹ? ਸਾਰਾ ਜਾਣਾ ਹੈ ਨਾ, ਸਾਫ ਹੋ ਜਾਣਾ ਹੈ ਨਾ। ਮਸ਼ੀਨ ਜਿਹਨੇ ਜੱਫਾ ਜਿਹਾ ਭਰਨਾ ਹੈ ਨਾ, ਇੱਕ ਭਰੀ ਹੋਊਗੀ 60-70 ਕਿਲੋ, 60 ਕਿਲੋ ਦੀ, 50 ਕਿਲੋ ਦੀ ਤਾਂ ਹੈ ਨਾ, ਗੰਨਾ ਸਿੱਧਾ ਹੈ ਭਰੀ ਅੱਗੇ ਗਈ। ਉਹ ਤੁਸੀਂ ਸਾਹਮਣੇ ਚੱਲਦੀਆਂ ਜੇਸੀਬੀਆਂ ਦੇਖ ਰਹੇ ਹੋਗੇ, ਰਹਿੰਦੇ ਰੋਡ ਅਮਨ ਮਿੱਤੇ ਰੋਡ ਲੰਘ ਗਏ ਹੈ ਨਾ। ਉਹ ਦੇਖੋ ਸਾਰੀ ਰਾਤ ਨਹੀਂ ਵੀਰੇ ਟਿੱਪਰ ਖੜਦੇ, ਸਾਰੀ ਰਾਤ ਸਾਰੀ ਰਾਤ ਕਹਿੰਦੇ ਟਿੱਪਰ ਲੰਘਦੇ। ਅੱਛਾ, ਹੁਣ ਮੁਸੀਬਤ ਇੱਕ ਹੋਰ ਪੈ ਗਈ, ਹੁਣ ਪੁਲੀਆਂ ਦੇਤੀਆਂ ਛੋਟੀਆਂ ਪਹੀਆਂ ਵਾਸਤੇ, ਹੁਣ ਨਾ ਟਰੈਕਟਰ ਟਰਾਲੀ ਲੰਘਦਾ ਭਰਿਆ ਹੋਇਆ, ਜਿੰਨਾ ਚਿਰ ਲਿੰਕ ਸੜਕ ਨਹੀਂ ਬਣਦੀ ਆਪਾਂ ਨੂੰ ਨਾਲ ਨੂੰ ਨਿਕਲਣ ਨੂੰ ਉਹਨਾਂ ਟਾਈਮ ਬਹੁਤ ਔਖਾ ਹੁਣ, ਉਹਨਾਂ ਟਾਈਮ ਹਾਂ ਹੁਣ ਘੁੰਮ ਕੇ ਜਾਊਗਾ ਟਰਾਲੀ ਨਿਕਲਦੀ ਆ ਉੱਥੇ, ਤਿੰਨ ਟਰੈਕਟਰ ਛੋਟੇ ਟਰੈਕਟਰ ਦਾ ਊਂ ਸਾਲਾ ਔਖਾ ਬਹੁਤ ਰਹਿੰਦਾ ਹੁਣ, ਜਿਵੇਂ ਪਹਿਲਾਂ ਜਦ ਹੈ ਨਾ ਹਰਿੰਦਰ ਸਵਰਾਜ ਜਾਂ ਹੋਰ ਛੋਟੀ ਜਿਵੇਂ ਬੜੀ ਟਰਾਲੀ ਹੈ ਫਿਰ ਤਾਂ ਸਮੱਸਿਆ ਹੀ ਆ ਬਾਈ ਚਾਂਸ ਫਸ ਜਾਵੇ ਰਸਤੇ ਦਾ ਆਪਾਂ ਨੂੰ ਫਾਇਦਾ ਯਾਰ, ਹੁਣ ਮਿੱਟੀ ਆ ਉੱਥੇ ਤਾਜ਼ੀ ਮਿੱਟੀ ਪਈ ਹੋਈ ਆ ਸਾਰੀ, ਉੱਥੇ ਇੱਕ ਵਾਰ ਦਲ ਜਵੇ ਜਾਂ ਕੋਈ ਵੀ ਕੰਮ ਹੋਵੇ ਦਲਦਲ ਜੀ ਆ, ਦਲਦਲ ਜੀ ਤਾਂ ਫਸਦਾ ਹੀ ਫਸਦਾ ਟਰੈਕਟਰ ਆ ਰਹਿ ਗਈ ਕਰਨ ਹਨ। ਔਰ ਕਿਵੇਂ ਚੱਲਦਾ ਫਿਰ ਤੇਰਾ ਹੋਲੈਂਡ? ਇਹ ਵੀ ਵਧੀਆ ਚੱਲਦਾ, ਹਲੇ ਬਾਹੀ ਬੂਹੀ ਕਰੀ ਨਹੀਂ ਹੈ ਨਾ ਕਿਤੇ? ਨਹੀਂ ਹਲੇ, ਕੰਨਾ ਜਿਹੜਾ ਰੱਖਣਾ ਬਾਕੀ।
ਅਸੀਂ ਕਿਹਾ ਤਾਂ ਮੱਕੀ ਪਾ ਲੈ, ਮੱਕੀ ਨੇ ਨੀ ਤੇਰੇ ਨੇ ਹੋਣਾ, ਟਰੈਕਟਰ ਚੈੱਕ ਹੋ ਜੂਗਾ। ਪਰ ਇਹ ਕਹਿੰਦਾ ਜਿੱਦਣ ਹੈਰੋ ਲਿਆਂਦੀ ਤੀ ਉਦਣ ਕਣਕ ਪਾਤੀ, ਕਹਿੰਦਾ ਹੁਣ ਮੱਕੀ ਹੋਈ ਆ ਮਸੋ, ਕਹਿੰਦਾ ਹੁਣ ਟਰੈਕਟਰ ਲਿਆਂਦਾ ਹੁਣ ਨੀ ਬਣੀ ਹੈਗੀ ਟਰੈਕਟਰ ਦੁਬਾਰਾ ਕਹਿੰਦਾ ਯਾਰ ਚਮਕਾਇਆ ਵਾ ਮੈਨੂੰ ਹੀ ਲੱਗੀ ਜਾਂਦਾ ਕਿ ਕੱਪੜਾ ਮਾਰ ਕੀ ਗਿਆ ਤਾ ਹੁਣ ਹਲੇ ਨਹੀਂ ਕੱਪੜਾ ਸਵੇਰ ਜਦ ਘਰ ਤੇ ਲੈ ਕੇ ਆ ਜਾਂਦੇ ਜਦੇ ਬੱਚਿਆ ਰੰਗ ਰੋਗਨ ਬਹੁਤ ਸੋਹਣਾ ਇੱਕ ਹੋਰ ਦੱਸ ਦਿੰਦਾ ਤੈਨੂੰ ਇਹ ਰੰਗ ਦੀ ਲਾਈਫ ਸਵਰਾਜ ਨਾਲ ਤੇ ਵੀ ਜ਼ਿਆਦਾ ਨੀਲਾ ਰੰਗ ਟਰਾਲੀਆਂ ਨੂੰ ਜ਼ਿਆਦਾਤਰ ਰੰਗ ਆਹੀ ਹੁੰਦਾ ਅਸੀਂ ਵੀ ਤਾਂ ਹੀ ਕਰਾਇਆ ਤਾ ਕਿਉਂਕਿ ਇਹਦੀ ਚੱਕੇ ਚੁੱਕੇ ਹਲੇ ਲਵੇੜੀ ਪਾਏ ਆ ਚੱਕੇ ਫਿਰ ਪੂਰੇ ਕੰਮ ਕਾਰ 'ਚ ਗੱਲ ਤਾਂ ਜੀ ਸਹੀ ਆਹ ਪਾਏ ਆ ਅਲਾਇੰਸ ਦੇ ਹੈ ਮੂਰੇ ਅਲਾਇੰਸ ਦੇ ਫਾਰਮ ਪ੍ਰੋ 303 916 ਦਾ ਇਹ ਟਾਇਰ ਲੱਗਦਾ ਛੋਟਾ ਹੈ ਨਾ ਦੇਖਣ ਨੂੰ ਨਹੀਂ ਜਿਹੜਾ BKT ਹੋਇਆ ਅਲਾਇੰਸ ਦਾ ਹੋਇਆ ਇਹਨਾਂ ਦਾ ਤਾਂ ਸੇਮ ਆ ਜਿਹੜਾ MRF ਦਾ ਹੁੰਦਾ 9016 ਵਾਲਾ ਉਹ 1016 ਵਾਲਾ ਸਾਈਜ਼ ਸੇਮ ਆ ਸੇਮ ਆ ਹੈ ਨਾ ਉਹ ਬੈਂਫਰ ਕੁਇੰਟਲ ਦਾ 1 ਕੁਇੰਟਲ 15 ਕਿਲੋ ਦਾ 1 ਕੁਇੰਟਲ 15 ਦਾ ਬੈਂਫਰ ਗਿਆ ਮੈਨੂੰ ਤਾਂ ਉਦਣ ਪਤਾ ਲੱਗਿਆ 4-5 ਤਰ੍ਹਾਂ 'ਚ ਹੋਣੇ ਆ ਹੋਲੈਂਡ ਇਹ ਹਾਂ ਪੰਜ ਹਾਂ ਇਹ ਟੌਪ ਮਾਡਲ ਆ ਹਾਂ 4-5 ਉਹ ਲੈ ਹੁਣ ਤਾਂ ਚੇਂਜ ਕਰਤੇ ਜਿਹੜੇ ਆ ਉਲੇ ਤੋਂ ਕਰਤੇ ਨਾ ਉਹਨਾਂ ਦੀਆਂ ਆਹ ਹਿੱਸੇ ਛੋਟੇ ਕਰਤੇ ਜਿਹੜੇ ਨਵੇਂ ਹੋਲੈਂਡ ਆਉਣ ਲੱਗ ਗਏ ਹੁਣ ਆਉਣੇ ਹੀ ਉਹ ਹੈ ਇਹ ਤਾਂ ਮਿਲ ਗਿਆ ਤੈਨੂੰ ਬਸ ਰੱਬ ਸੋਚੀ ਨਵੇਂ ਉਹਦੇ ਵਾਲੇ ਹਾਂ ਤੇ ਆਹ ਨਾ ਆਹ ਜਿਹੜੀ ਆਰਮ ਹੈ ਚੱਕ ਕੇ ਉਹ ਥੱਲੜਲੇ ਪਾਸੇ ਕਰਤੀ ਕੰਬਾਈਨ ਵਾਲਾ ਸਿਸਟਮ ਕਰਤਾ ਮੂਲਨੀ ਜਿਹੀ ਬਣਾਤੀ ਥੱਲੇ ਤੋਂ ਫਰਕ ਪਾਤਾ ਬਹੁਤ ਅੱਗੇ ਤੇ ਤੰਗ ਆ ਨਾਲੇ ਹਿੱਸਾ ਤੰਗ ਕਰਤਾ ਇਹ ਥੋੜੇ ਜਿਹੇ ਪਿਛਲੇ ਟਾਇਰ ਦੇ ਬਰਾਬਰ ਤਾਂ ਆਉਣੇ ਆ ਉਹ ਤਾਂ ਸਾਰੇ ਜਿਵੇਂ ਪਹਿਲਾਂ ਅਰਜਨ ਆਉਂਦੇ ਹੁੰਦੇ ਤੇ ਹਰਿੰਦਰ ਉਰੇ ਚੱਲਦਾ ਤਾਂ ਛੋਟਾ ਟਾਇਰ ਅੰਦਰਲੇ ਪਾਸੇ ਮਤਲਬ ਇੰਨਾ ਅੰਦਰ ਰਹਿੰਦਾ ਤਾਂ ਹੁੱਕ ਵੀ ਵਧਾਤੀ ਪਿੱਛੇ ਅੱਛਾ ਇਹਦੀ ਹੁੱਕ ਵੀ ਉਹ ਕਰਾਤੀ ਹਨਾ ਹਾਂ ਫਿਰ ਗੰਨੇ ਨੂੰ ਜਿਵੇਂ ਉਹਦੇ ਨਾਲ ਡਿੱਕਾ ਲੱਗਦਾ ਤਾਂ ਜ਼ਿਆਦਾ ਅੰਦਰ ਹੁੱਕ ਨਾਲ ਹਾਂ ਦੇਖ ਲੈ ਜ਼ਿੰਦਗੀ ਬਣਾਤੀ ਹੁੱਕ ਦੀ ਇਹ ਪਲੇਟਾਂ ਨਵੀਆਂ ਲਾਈਆਂ ਹਨਾ ਆ ਤਾਂ ਸਾਰਾ ਨਾਲ ਦਾ ਹੀ ਆ ਆਹ ਪਲੇਟਾਂ ਨਵੀਆਂ ਲੱਗ ਗਈਆਂ 43 ਕਿਲੋ ਦੀ ਹੁੱਕ ਹੋ ਗਈ ਸਾਲੀ ਪੌਣੀ ਕਿਹੜੇ ਸੌਖੀ ਆ ਫਿਰ 43 ਦੀ ਹੈ ਕੱਢਣੀ ਹੋਣੀ ਆਪਾਂ ਜੋ ਬਾਜੇ ਤੇ ਪਾਤੀ ਇੱਥੇ ਪਾਤੀ ਆਇਆ ਜਿਹੜਾ ਕੰਮ ਹੋਰ ਦੂਏ ਟਰੈਕਟਰ ਨਾਲ ਸਰੀ ਜਾਂਦਾ ਸਵਰਾਜ ਦੀ ਹੁੱਕ ਬਹੁਤ ਹੌਲੀ ਆਦੀ ਕੱਢ ਲੈ ਜਿਵੇਂ ਜੇ ਸਿੱਧੀ ਹੁੱਕ ਵਾਲੀ ਪਾਉਣੀ ਹੈ ਫਿਰ ਇਹਨੇ ਬਹੁਤੀ ਉੱਪਰ ਨਹੀਂ ਜਾਇਆ ਕਰਨਾ ਹਨਾ ਨਹੀਂ ਨਾਰਮਲ ਜੀ ਉੱਤੇ ਚੱਕ ਕੇ ਸਹੀ ਪੈ ਜਾਣਾ ਫਿਰ ਤੁਸੀਂ ਸਪਰੇ ਸਪਰੂ ਵਾਲੀ ਟੈਂਕੀ ਤਾਂ ਨਹੀਂ ਇਹਦੇ ਪਿੱਛੇ ਪਾਉਂਦੇ ਉਹ ਤਾਂ ਦੂਏ ਪਿੱਛੇ ਚੱਲੂਗੀ ਇਹਦੇ ਪਿੱਛੇ ਤਾਂ ਲੋਟ ਆਉਣੀ ਵੀ ਨਹੀਂ ਸਪਰੇ ਵਾਲੀ ਟੈਂਕੀ ਕਿਉਂਕਿ ਉਹਦੇ ਨਾਲ ਠੀਕ ਹੈ PTO ਦਾ ਗੁੱਲਾ ਇਹਦੀ ਹੁੱਕ ਵੀ ਫਿਰ ਘੁੰਮ ਕੇ ਨਹੀਂ ਪੈਣੀ ਹੈਗੀ ਬਾਈ ਚਾਂਸ ਹਾਂ ਘੁੰਮ ਕੇ ਵੀ ਨਹੀਂ ਪੈਣੀ ਉਹ ਸਵਰਾਜ ਦੀ ਨਾਲ ਤਾਂ ਹੁੱਕ ਯਾਰ ਹੁੱਕ ਦੀ ਲੰਬਾਈ ਚ ਬਹੁਤ ਹੈ ਹੁੱਕ ਪਿੱਛੇ ਨੂੰ ਵਧਾਈਏ ਆਪਾਂ ਨੇ ਨਾ ਖਤਰੀ ਗੰਨਿਆਂ ਫਸਣ ਕਰਕੇ ਸ਼ਤ ਗੰਨੇ ਕਰਕੇ ਹੈਨਾ ਫਿਰ ਵੀ ਦੇਖ ਲੈ ਜਿਹੜੀ ਪਹਿਲੀ ਪੈਨਾ ਉਹ ਇੱਥੇ ਪੈਂਦੀ ਸੀ ਇੰਨੀ ਹੁੱਕ ਵੱਧ ਗਈ ਇੱਥੇ ਸੀਗੀ ਇੱਥੇ ਪੈਂਦੀ ਸੀ ਪੈਨਾ ਘੱਟੋ ਘੱਟ 2 ਇੰਚ ਗਈ ਪਿੱਛੇ 2 ਤੋਂ ਵਧਾਈ ਦੇਖ ਲਓ ਇੰਨੀ ਵਧਾਈ ਆ 2 ਤੋਂ ਹੋਲੈਂਡ ਦੀ ਵੀ ਵਧਾਈ ਵੀ ਆ ਉਹਦੀ ਵੀ ਹੁੱਕ ਬੜੀ ਲੱਗੀ ਹੋਈ ਆ ਹਾਂ ਇਹ ਇੱਥੋਂ ਥੋੜਾ ਜਿਹਾ ਇੱਕ ਟਰਾਲੀ ਟਰੋਲੀ ਨੂੰ ਜਿਵੇਂ ਖੜਾ ਹੁੰਦਾ ਨਾ ਫਿਰ ਬਕਸਾ ਵੱਧ ਆ ਨਟ ਮੈਨੂੰ ਇਹ ਢਿੱਲੇ ਲੱਗਦੇ ਕਿ ਹੈ ਉਹ ਇੰਨੇ ਇੰਨੇ ਨਹੀਂ ਇੱਦਾਂ ਹੀ ਆ ਵੀਰੇ ਅੱਛਾ ਕਸੇ ਵੇ ਆਏ ਆ ਇਹ ਤਾਂ ਫੁੱਲ ਹੈ ਵਧੀਆ ਚੀਜ਼ ਆ ਸੋਹਣਾ ਟਰੈਕਟਰ ਆ ਕਾਦੀ ਪੈਪ ਜੀ ਹੈਗੀ ਇਹਦੀ ਗੇਜ ਇਹ ਕਾਦੀ ਗੇਜ ਨਹੀਂ ਪਤਾ ਨਹੀਂ ਕਿਸੇ ਹਵਾ ਹਵਾ ਦੀ ਹਾਂ ਹਵਾ ਵਾਲੀ ਪੈਪ ਜੀ ਹੈ ਨਾ ਠੀਕ ਹੈ ਠੀਕ ਹੈ ਉਹ ਅੱਜ ਨੂੰ ਹੀ ਲੈ ਕੇ ਜਾਣਾ ਹੈ ਮਿਲ ਨੂੰ ਹੁਣ ਇਹੀ ਜਾਊਗਾ ਅੱਜ ਇਹਨੂੰ ਲੈ ਕੇ ਜਾਊਗਾ ਅੱਛਾ ਮੈਂ ਤਾਂ ਤੁਹਾਨੂੰ ਕਿੱਦਣ ਦਾ ਕਹਿਣਾ ਵੀ ਯਾਰ ਲਾਓ ਕਿਹੜਾ ਇਹਦੇ ਨਾਲ ਯਾਰ ਮਾੜਾ ਮੁੱਟਾ ਜਾ ਜਦੋਂ ਅੱਜ ਇਹਨੂੰ ਹੀ ਲੈ ਕੇ ਜਾਊਂਗੇ ਅੱਜ ਮੂਤ ਕਰਾ ਸਵਰਾਜ ਨੂੰ ਮੜਜਾ ਰਮਾ ਜਾ ਕਰੋ 13 ਘੰਟਿਆਂ ਦੀ ਵਰਕਿੰਗ ਵਿੱਚ ਆਹੀ ਥੋੜਾ ਜਿਹਾ ਫਰਕ ਹੈ CRDI ਨੇ ਥੋੜੇ ਰੌਂਡ ਵੱਧ ਲੈ ਕੇ ਤੋਂ ਉਹ ਆਪਣਾ ਉਹ CRDI ਬਹੁਤ ਰੌਂਡ ਲੰਦਾ ਸਟਾਰਟ ਹੋਣ ਨਾਲ ਇਹ ਮਾੜੀ ਜੀ ਸੈਲਫ ਤੇ ਹੱਥ ਰੱਖਣ ਦਿੰਦਾ ਜਾਂ ਹੁਣ ਇਹਨੂੰ ਵੀ ਕਰਕੇ ਦੇਖੀਏ ਇੱਕੇ ਰਾਉਂਡ ਲੈਣਾ ਬਸ ਇਹਨੇ ਇਹ ਸਵਰਾਜ ਨਾਲ ਤੇ ਥੋੜਾ ਟਾਈਟ ਚੱਲਦਾ ਹੈ ਨਾ ਇਹ ਸਟੀਅਰਿੰਗ ਇਹਦਾ ਟਾਈਟ ਆ ਭਾਰਾ ਸਟੀਅਰਿੰਗ ਇਹਦਾ
ਗੇਟ ਨੂੰ ਕੱਢਿਓ ਉੱਥੇ ਨੂੰ ਕਰਤੀ ਕਸਾਈ ਕਿਵੇਂ ਤਣਤਾ ਰੱਸਾ ਹਰਿੰਦਰ ਮੈਂ ਕਹਿੰਦਾ ਮਾੜਾ ਮੋਟਾ ਵੀ ਨਹੀਂ ਹੈ ਨਾ ਹਲੇ ਤਾਂ ਹੋਰ ਚਲਿਆ ਦੋ ਗੇੜੇ ਹਜੇ ਵੀ ਉੱਪਰ ਘੁੰਮ ਰਿਹਾ ਬੰਦਾ ਹੈ ਨਹੀਂ ਉੱਪਰ ਨਹੀਂ ਘੁੰਮਣ ਦਾ ਤਾਂ ਕੋਈ ਨਹੀਂ ਉਹ ਬਰਾਬਰ ਕਾਸ ਹੋ ਜਾਣਗੇ ਨਾ ਦੋਨੇ ਅੱਛਾ ਆ ਜਗਾੜ ਯਾਰ ਸਭ ਤੋਂ ਵਧੀਆ ਹੈ ਨਾ ਆਪਣੇ ਵਾਲੇ ਨੂੰ ਵੀ ਹੈ ਆਹੀ ਹੈ ਪਰ ਜਣੀ ਇਹ ਰਮਾ ਹੈ ਹਲੇ ਜਿਹੜਾ ਹੋਰ ਗੇਰ ਗੂਰਲੀ ਵਰਜੇ ਲਾ ਦਿੰਦੇ ਉਹਨਾਂ ਨਾਲ ਤੇ ਆਹ ਠੀਕ ਹੈ ਸਿਸਟਮ ਸਾਢੇ 18 ਫੁੱਟ ਨਾ 18 ਫੁੱਟ ਟਰਾਲਾ ਜੀ ਹਰਿੰਦਰ ਜਦ ਲਿਆਂਦੀ ਜਦ ਬਹੁਤ ਬੜੀ ਟਰਾਲੀ ਕਹਿ ਦਿੰਦੇ ਹਨਾ ਹੁਣ ਛੋਟੀ ਜੀ ਲੱਗਦੀ ਹੈ ਨਾਲੇ ਉਹ ਵੀ ਆਰਾਮਦਾਰੀ ਹੈ ਹੁਣ ਟਰੈਕਟਰ ਬੜੇ ਬੜੇ ਹੋ ਗਏ ਤਾਂ ਕਰਕੇ ਵੀ ਇਹ ਟਰਾਲੀ ਹੁਣ ਜੱਚਦੀ ਵੀ ਐਡੀ ਕੁ ਪਈ ਵੀ ਬਾਕੀ ਸਮਾਨ ਵੀ ਜਾਂਦਾ ਹਨਾ ਹੋ ਗਏ 5-6 ਸਾਲ ਤਾਂ 5 ਸਾਲ ਤਾਂ ਬਣਾਈ ਨੂੰ 16 ਦੀ ਬਣਾਈ ਹੈ ਹਨਾ ਆ ਫੇਰ 16 ਤੋਂ 24 ਹੋ ਗਿਆ ਦੇਖ ਲਓ ਤੁਸੀਂ ਆ 7-8 ਸਾਲ ਹੋ ਗਏ ਕੀ ਹੋਇਆ ਕੁਛ ਨਹੀਂ ਵਿਗੜਿਆ ਟਰਾਲੀ ਦਾ ਨਵੇਂ ਟਾਇਰ ਪਾਏ ਤੇ ਹਨਾ ਮਾਂ ਵੀ ਅੱਜ ਜੋ ਮਰਜ਼ੀ ਹੋ ਜਾਵੇ ਅੱਜ ਜਾਣਾ ਹੀ ਜਾਣਾ ਆਹ ਕੱਢ ਲਾ ਪਿੰਨ ਕਰ ਲਾ ਇਹ ਆ ਦਲਦਲ ਤੁਹਾਨੂੰ ਦੱਸਿਆ ਤਾਂ ਵੀ ਇੱਥੇ ਰੋਡ ਬਣ ਰਿਹਾ ਨਵਾਂ ਆਹ ਪੁਲੀ ਛੋਟੀ ਜਿਹੀ ਬਣੀ ਵੀ ਹੁਣ ਉਹ ਲਿਆਉਣੇ ਆ ਟਰਾਲੀ ਉੱਪਰ ਨੂੰ ਟਪਾ ਕੇ ਅਤੇ ਆਹ ਜਿੱਥੇ ਟਰੈਕਟਰ ਖੜ੍ਹਾ ਛੱਤੀ ਦੀ ਇੱਥੇ ਆ ਦਲਦਲ ਪਿੰਨ ਸਾਲਾ ਪੂਰਾ ਪੂਰਾ ਇਹ ਨਾਲ ਦਾ ਹੀ ਪਿੰਨ ਹੈ ਕਿ ਹਰਿੰਦਰ ਉੱਥੇ ਬੜਾ ਨਾਲ ਦਾ ਹੁੱਕ ਨਹੀਂ ਬੜੀ ਕਰਾਤੀ ਆਪਾਂ ਨੇ ਉਹਨਾਂ ਨੇ ਵੀ ਉਹਨੇ ਚੇਂਜ ਕਰਾਉਣਾ ਤਾਂ ਕਦੇ ਕਦੇ ਐਂ ਵੀ ਕਰਨਾ ਪੈਂਦਾ ਹਨਾ ਮੁੜਦਾ ਨਹੀਂ ਤਾਂ ਹੁਣ ਮੁੜਦਾ ਤਾਂ ਛਤਰੀ ਪਾ ਦੇ ਉਰੇ ਦਲਦਲ ਹੈ ਬਹੁਤ ਇਹਦਾ ਤੋਰਾ ਘੱਟ ਗਿਆ ਟਰੈਕਟਰ ਦਾ ਬਸ 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 ਲਓ ਜੀ ਕੱਢਤਾ ਇੱਕ ਟਰੈਕਟਰ ਦਾ ਕੱਢਤਾ ਹੁਣ ਅੱਗੇ ਤਾਂ ਆਰਾਮਦਾਰ ਜੀ ਨਾਲ ਨਿਕਲ ਗਿਆ ਫਿਰ CRDA ਦੀ ਇੱਕ 92 ਲੇਸ ਆ ਨਾ ਵੀ ਉਹ ਤੋਂ ਉੱਪਰ ਨਹੀਂ ਜਾਂਦਾ ਇਹ ਉਹਦੀ ਥੋੜ੍ਹੀ ਲੇਸ ਖੋਲ ਸਕਦੇ ਆਪਾਂ ਇਹ ਫਰਕ ਹੈ
ਅਜੇ ਵੀ ਇੱਕ ਟਰਾਲੀ ਦੇ ਟਾਇਰ ਰੋਡ ਬਣ ਰਿਹਾ ਇੱਥੇ ਨੂੰ ਵੱਡਾ ਹਾਈਵੇ ਅਤੇ ਉਹਦੇ ਕਰਕੇ ਉਹਦੇ ਪੱਟ ਪਟਾਈਆ ਬਹੁਤ ਕਰਿਆ ਵਾ 15 ਕੁ ਦਿਨ ਦਾ ਕਹਿੰਦੇ ਇਹਦੇ ਬਾਅਦ ਇੱਧਰ ਨੂੰ ਵੀ ਪੱਟ ਦੇਣਾ ਹੁਣ ਇਹ ਦਿਵਾਲੀ ਪਿੰਡ 'ਤੇ ਖੜ੍ਹੇ ਹਾਂ ਆਪਾਂ ਇਸ ਟਾਈਮ ਇਹ ਤਾਂ ਡਰਦੇ ਮਤਲਬ ਪਹਿਲਾਂ ਪਾ ਲਏ ਕਿਉਂਕਿ ਫਿਰ ਜੇ ਗੜ ਜਾਂਦੀ ਹੈ ਨਾ ਭੰਗੜੇ ਬਹੁਤ ਪੈਂਦੇ ਆ ਸਮਾਂ ਪਹਿਲਾਂ ਹੀ ਨਹੀਂ ਹੁੰਦਾ ਹੁਣ ਤਾਂ ਲੀਹ ਦਾ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਨਾਲ ਤੇ ਪੱਕ ਗਈ ਲੀਹ ਖਾਸੀ ਵਾ ਹੁਣ ਤਾਂ ਲੀਹ ਪੱਕ ਗਈ ਪਹਿਲਾਂ ਨਾਲ ਤੇ ਬਹੁਤ ਕੱਢਤਾ ਦੋ ਵੀ ਲਿਆਉਂਦੇ ਪਰ ਆਏ ਆ ਵੀ ਜੇ ਗੜ ਗਈ ਸਾਲੀ ਫੇਰ ਕਲੇਸ ਵੱਧ ਉਹ ਟਾਈਮ ਪਹਿਲੇ ਹੀ ਨਹੀਂ ਹੁੰਦਾ ਉਹ ਵੀ ਕੱਢ ਦਿੰਦਾ ਉਧਰੋਂ ਅੱਛਾ ਉਹ ਪਾਉਣਾ ਮਰਾ ਮਰਜੀ ਸਾਲ ਹੁਣ ਲਾ ਦੇ ਟੈਰ ਤੇ ਸਾਰੇ ਡੁੰਮਣੇ ਦੀਆਂ ਗੋਲ ਜੀ ਆ ਸੰਗਲ ਪਰਾ ਕਰਦੇ ਨਹੀਂ ਕੱਲੀ ਨਹੀਂ ਬਹੁਤ ਜਗ੍ਹਾ ਹੀ
ਕੋਲ ਟਾਈਮ ਹੀ ਘੱਟ ਆ ਨਹੀਂ ਮਿਲਣ ਨੂੰ ਤਾਂ ਮੈਂ ਨਹੀਂ ਜਾ ਕੇ ਲਾਈਟਾਂ ਦੀ ਨਾ ਸੈਟਿੰਗ ਹੋ ਰਹੀ ਨਹੀਂ 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 ਪਾਰਕ ਆ ਗਈਆਂ ਇਹ ਨਹੀਂ ਜੀ ਪਰਲੇ ਪਾਸੇ ਦੇਖਿਆ ਹਰਿੰਦਰ ਪਰਲੀ ਬਲਦੀਆਂ ਦੇਖਿਆ ਮਾਮੇ ਨੂੰ ਛੁੱਟੀ ਨੀ ਹੈਗੀ ਨਹੀਂ ਮੈਂ ਤੁਹਾਡੇ ਨਾਲ ਮਿਲ ਘੁੰਮ ਕੇ ਆਉਣਾ ਤਾਂ ਕੋਈ ਨੀ ਫੇਰ ਸਹੀ ਅਗਲੇ ਸਾਲ ਚੱਲ ਠੀਕ ਹੈ ਹਰਿੰਦਰ ਹਾਂ।